ਕੌਂਸਲ ਆਪਣੇ ਏਰੀਆ ਦੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਦੇ ਉੱਤੇ ਆਓ ਜਾਣ ਤੇ ਉਹਨਾਂ ਸਾਈ ਗੋਲ ਲੈ ਕੇ ਉਹਨੂੰ ਕੰਡਮ ਕਰਤਾ ਜਾਵੇ। ਇਹ ਤਸਵੀਰਾਂ ਜਲੰਧਰ ਦੇ ਸਿਵਲ ਹਸਪਤਾਲ ਦੀਆਂ ਨੇ। ਧੁੰਦਲੀ ਜਿਹੀ ਤਸਵੀਰ ਪਿੱਛੇ 90% ਜਲੇ ਇਸ ਬੱਚੇ ਦਾ ਨਾਮ ਅੰਕੁਰ ਹੈ, ਜੋ ਸ਼ਹਿਰ ਦੇ ਸੰਤੋਖ ਨਗਰੀ ਦਾ ਰਹਿਣ ਵਾਲਾ ਹੈ ਤੇ ਭੀੜ ਇਸ ਬੱਚੇ ਦਾ ਅਜਿਹਾ ਹਾਲ ਦੇਖ ਕੇ ਪੂਰੀ ਤਰ੍ਹਾਂ ਦਹਿਲ ਚੁੱਕੀ ਹੈ। ਮੌਕੇ ਤੇ ਉੱਚੀ ਉੱਚੀ ਬੋਲ ਕੇ ਪੱਤਰਕਾਰਾਂ ਮੂਹਰੇ ਲੋਕ ਖੂਬ ਪ੍ਰਸ਼ਾਸਨ ਪੁਲਿਸ ਤੇ ਭੜਾਸ ਕੱਢ ਰਹੇ ਨੇ। ਅਸਲ 'ਚ ਅੰਕੁਰ ਤੇ ਦੋ ਹੋਰ ਬੱਚੇ ਆਪਣੇ ਕੋਠਿਆਂ ਤੇ ਪਤੰਗ ਉਡਾ ਰਹੇ ਸੀ ਤਾਂ ਅਚਾਨਕ ਅੰਕੁਰ ਸਮੇਤ ਦੋ ਹੋਰ ਬੱਚਿਆਂ ਨੂੰ ਅੱਗ ਲੱਗ ਗਈ। ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ ਉਹ ਕਾਫੀ ਹੱਦ ਤੱਕ ਸੜ ਚੁੱਕੇ ਸੀ, ਪਰ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਪਤੰਗ ਚੜਾਉਂਦੇ ਚੜਾਉਂਦੇ ਅੰਕੁਰ ਸਮੇਤ ਦੋ ਹੋਰ ਬੱਚਿਆਂ ਨੂੰ ਅੱਗ ਕਿਵੇਂ ਲੱਗ ਗਈ। ਪਹਿਲਾਂ ਮੌਕੇ ਤੇ ਜਾ ਕੇ ਵੇਖਿਆ ਤਾਂ ਕਾਰਨ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ। ਜ਼ਰਾ ਸੁਣੋ ਡਾਕਟਰ ਤੋਂ ਬੱਚੇ ਨਾਲ ਕੀ ਹੋਇਆ। ਜੀ ਆਕਾਸ਼ ਸੀਗਾ ਪੇਸ਼ੈਂਟ, ਠੀਕ ਹੈ ਜੀ, 12-13 ਸਾਲ ਦਾ ਬੱਚਾ ਸੀਗਾ ਅਤੇ ਇਲੈਕਟ੍ਰਿਕ ਸ਼ੌਕ ਸੀਗਾ ਇਹਨੂੰ, ਅਤੇ ਪਤੰਗ ਚੜਾਉਂਦੇ ਹੋਏ ਕੋਈ ਇੰਸੀਡੈਂਟ ਹੋਇਆ ਜਿਹਦੇ ਕਰਕੇ ਅੱਗ ਲੱਗ ਗਈ ਸੀ ਬੱਚੇ ਨੂੰ, ਅਤੇ 90% ਤੋਂ ਜ਼ਿਆਦਾ ਬਰਨ ਹੈਗਾ। ਅਸੀਂ ਫਸਟ ਏਡ ਦੇ ਕੇ ਮੈਨੇਜ ਕੀਤਾ, ਫਲੂਡ ਇਨਟੇਕ ਵਧਾਇਆ ਉਹਦਾ ਅਤੇ ਬਾਕੀ ਜੋ ਵੀ ਮੈਨੇਜ ਕਰਕੇ ਫਸਟ ਏਡ ਦੇ ਕੇ ਅਸੀਂ ਰੈਫਰ ਕਰਤਾ ਸੀ ਉਹਨੂੰ ਪੀਜੀਆਈ 'ਚੋਂ। ਮੈਨੇਜ ਵੀ ਕਰ ਰਹੇ ਸੀ, ਪੇਸ਼ੈਂਟ ਨੂੰ ਫਸਟ ਏਡ ਵੀ ਦੇ ਰਹੇ ਸੀ, ਅਸੀਂ ਨਾਲ ਦੇ ਨਾਲ ਐਂਬੂਲੈਂਸ ਵੀ ਅਰੇਂਜ ਕਰਕੇ ਦੇ ਰਹੇ ਸੀ, ਤਾਂ ਮੀਨ ਵਾਈਲ ਅਸੀਂ ਸਾਰਾ ਉਹਦਾ ਕਰਕੇ ਰੈਫਰ ਕਰ ਦਿੱਤਾ ਹੋਇਆ ਸੀ। ਪੇਸ਼ੈਂਟ ਸਿੱਖ ਹੀ ਸੀਗਾ, ਠੀਕ ਹੈ। ਉੱਧਰ ਹੁਣ ਸਥਾਨਕ ਕੌਂਸਲਰ ਬੱਚੇ ਨਾਲ ਹੋਏ ਹਾਦਸੇ ਤੋਂ ਬਾਅਦ ਇਕੱਲੀ ਇਕੱਲੀ ਦੁਕਾਨ ਦੀ ਚੈਕਿੰਗ ਕਰ ਰਹੇ ਨੇ। ਜਿਹਦੇ ਤੇ ਦੁਕਾਨਦਾਰ ਦੋਸ਼ੀ ਹੈ ਨਾ, ਉਹਨੇ ਪੇਰੈਂਟਸ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਮੇਰਾ ਬੱਚਾ ਕਿੱਥੋਂ ਡੋਰ ਖਰੀਦ ਰਿਹਾ। ਅੱਜ ਦੇਖੋ ਇੱਕ ਡੋਰ ਦੇ ਨਾਲ ਉਹਦਾ ਤੁਸੀਂ ਹੱਥ ਦੇਖਿਆ, ਬਿਲਕੁਲ ਚੀਥੜੇ ਉੱਡ ਗਏ, 90% ਉਹ ਬੱਚਾ ਜਲ ਚੁੱਕਾ ਹੈ, ਪਰ ਦੋ ਬੱਚੇ ਹਜੇ ਪਿੱਛੇ ਆ ਰਹੇ ਹੈ। ਦੇਖੋ ਮੈਨੂੰ ਤਾਂ ਖੁਦ ਦੇਖ ਕੇ ਇੰਨੀ ਘਬਰਾਹਟ ਹੋ ਰਹੀ ਹੈ, ਤੇ ਜਿਹੜਾ ਸਹਿ ਰਿਹਾ ਉਹਦਾ ਕੀ ਹਾਲ ਹੋ ਰਿਹਾ। ਕੀ ਨਾਮ ਹੈ ਬੱਚੇ ਦਾ? ਟਿਊਸ਼ਨ ਪੜ੍ਹ ਕੇ ਆਇਆ ਸੀ, ਬੈਗ ਰੱਖਿਆ ਤੇ ਨਾਲ ਹੀ ਖੇਲਣ ਚਲਾ ਗਿਆ, ਤੇ ਸਾਨੂੰ ਸਾਰਿਆਂ ਨੂੰ ਜਰਾ ਇਹਦੀ ਜਾਣਕਾਰੀ ਹੋਣੀ ਚਾਹੀਦੀ ਕਿੱਥੋਂ ਬੱਚੇ ਡੋਰ ਖਰੀਦਦੇ, ਕਿਹੜੇ ਦੁਕਾਨਦਾਰ ਦੋਸ਼ੀ ਤੇ ਉਹ ਦੁਕਾਨਦਾਰ ਹੈ। ਜ਼ਿੰਦਗੀ ਬਚਾਈਏ ਉਹਦੀ, ਉਹਨੂੰ ਕਿਹੜੇ ਹਸਪਤਾਲ ਲੈ ਕੇ ਜਾਣਾ, ਪਹਿਲਾਂ ਮੇਰਾ ਫਸਟ ਡਿਊਟੀ ਉਹ ਹੈ। ਹੁਣ ਜਾ ਕੇ ਮੈਂ ਆਪਣੇ ਵਾਰਡ 'ਚ ਆਪਣੇ ਸਾਰੇ ਸਾਥੀਆਂ ਨਾਲ ਗੱਲ ਕਰਕੇ ਮੈਂ ਮੌਕੇ ਤੇ ਜਾ ਕੇ ਸਾਰੀਆਂ ਦੁਕਾਨਾਂ ਚੈੱਕ ਕਰੂੰਗੀ, ਠੀਕ ਹੈ ਜੀ। ਠੀਕ ਹੈ ਜੀ, ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਪ੍ਰਸ਼ਾਸਨ ਕਿਵੇਂ ਮੁਲਜ਼ਮ ਦੁਕਾਨਦਾਰ ਤੇ ਨਕੇਲ ਪਾਉਂਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।